ਮਲਿਕ ਸਾਹਿਬ SYL ਗੀਤ 'ਚ ਤੁਹਾਡੇ ਬੋਲ ਸੀ, ਤੁਸੀਂ ਗੀਤ ਸੁਣਿਆ ਹੋ? उसमें यही कहा कि इन कोमो की पेशेंस को टेस्ट नहीं करते हैं, जो वो कर रहे थे। जिस नौजवान ने SYL गीत गाया सी वो साडे विच नहीं, सिद्धू मूसे वाला बहुत अच्छा लड़का था, मैं उनके जाने भी वाला था, फिर पता चला यहीं आ रहे हैं उसके पेरेंट्स, तो मैं उसकी माँ के लिए साड़ी और उनके पिताजी के लिए चादर लेके आया था। ਇੰਦਰਾ ਨੂੰ ਲੱਗਿਆ ਕਿ ਇਹ ਮੈਨੂੰ ਹੁਣ ਛੱਡਣਗੇ ਨਹੀਂ, ਤੁਹਾਡੇ ਨਾਲ ਕਦੇ ਗੱਲਬਾਤ ਹੋਈ ਇਸ ਬਾਬਤ, ਕੀ ਗੱਲ ਹੋਈ ਸੀ? ਉਹ ਘਰ ਆ ਰਹੀ ਸੀ ਮਹਾਮ੍ਰਿਤਯੁੰਜੈ ਕਾ ਪਾਠ, ਤੋ ਉਹਨੇ ਮਿਸਿਸ ਗਾਂਧੀ ਕੋ ਕਿਹਾ ਕਿ ਬੁਆ ਆਪ ਤੋ ਇਹ ਸਭ ਨਹੀਂ ਮਾਨਤੀ ਥੀ, ਕਿਆ ਹੋ ਗਿਆ? ਤੋ ਉਹਨੇ ਕਿਹਾ ਕਿ ਨਹੀਂ ਤੁਮੇ ਪਤਾ ਨਹੀਂ ਹੈ, ਮੇਰੇ ਹੱਥ ਸੇ ਵੋ ਟੂਟ ਗਿਆ ਅਕਾਲ ਤਖ਼ਤ। ਇਨਕੇ ਹਰਿਮੰਦਰ ਸਾਹਿਬ ਕੋ ਜਿਸਨੇ ਵੀ ਛੇੜਾ ਹੈ ਆਜ ਤੱਕ ਇਤਿਹਾਸ ਮੇਂ, ਵੋ ਜ਼ਿੰਦਾ ਨਹੀਂ ਬਚਾ ਹੈ। ਫੈਡਰਲ ਵਾਲਿਆਂ ਨੂੰ ਕਿਵੇਂ ਦੇਖਦੇ ਤੁਸੀਂ, ਸੰਤਾਂ ਨੂੰ ਕਿਵੇਂ ਦੇਖਦੇ ਜਾਂ ਫੈਡਰਲ ਸਟਰਕਚਰ ਨੂੰ ਕਿਵੇਂ ਦੇਖਦੇ? PM ਮੋਦੀ ਨਾਲ ਜਦੋਂ ਗੱਲਬਾਤ ਹੋਈ, ਬਹਿਸ ਹੋਈ, ਕੀ ਕਹਿੰਦੇ PM ਮੋਦੀ? ਮੋਦੀ ਨੇ ਕਿਹਾ ਚਲੇ ਜਾਏਗੇ, ਮੈਂ ਕਿਹਾ ਜਾਇਆ ਨਹੀਂ ਕਰਤੇ, ਤਬ ਜਾਏਗੇ ਜਬ ਆਪ ਚਲੇ ਜਾਓ। ਜਦੋਂ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਿਆ, ਤੁਸੀਂ ਦੇਖ ਰਹੇ ਹੋਵੋਗੇ TV ਦੇ ਉੱਤੇ, ਮੈਨੇ ਕਿਸਾਨ ਯੂਨੀਅਨ ਕੇ ਜੋ ਲੋਕ ਥੇ ਹਮਾਰੇ ਯਹਾਂ ਕੇ, ਉਨਕੋ ਡਾਂਟਾ, ਅਗਰ ਤੁਮੇ ਇਨ ਲੜਕੋਂ ਕੋ ਸਪੋਰਟ ਕਰਨਾ ਚਾਹੀਏ, ਇਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਆ, ਇਨਕਾ ਹੱਕ ਹੈ। ਨਿਸ਼ਾਨ ਸਾਹਿਬ ਹੈਰਾਨ। ਸਿੱਖਾਂ ਦੀ ਪੇਸ਼ੈਂਸ ਦਾ ਟੈਸਟ ਨਾ ਲਓ, ਇਹਨਾਂ ਨੇ ਜਰਨਲ ਵੈਦਿਆਂ ਨੂੰ ਮਾਰਿਆ ਪੂਨੇ 'ਚ ਜਾ ਕੇ, ਇਹਨਾਂ ਨੇ ਲੰਡਨ 'ਚ ਜਾ ਕੇ ਅਡਵਾਇਰ ਨੂੰ ਮਾਰਿਆ। ਇਹ ਬੋਲ ਕਿਹਨਾਂ ਦੇ ਨੇ? ਇਹ ਬੋਲ SYL ਗੀਤ 'ਚ ਤੁਸੀਂ ਸੁਣੇ ਹੋਣਗੇ, ਬੋਲ ਨੇ ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਜੀ ਦੇ। ਸਾਡੇ ਨਾਲ ਨੇ ਸੱਤਿਆਪਾਲ ਮਲਿਕ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਜੀ ਮਲਿਕ ਸਾਹਿਬ, SYL ਗੀਤ 'ਚ ਤੁਹਾਡੇ ਬੋਲ ਸੀ, ਤੁਸੀਂ ਗੀਤ ਸੁਣਿਆ ਹੋ? ਉਹ ਤਾਂ ਸਿੰਪਲ ਹੈ, ਉਸਨੇ ਯਹੀ ਕਿਹਾ ਕਿ ਇਨ ਕੋਮੋ ਕੀ ਪੇਸ਼ੈਂਸ ਕੋ ਟੈਸਟ ਨਹੀਂ ਕਰਤੇ ਹੈ, ਜੋ ਉਹ ਕਰ ਰਹੇ ਥੇ। ਬਾਅਦ ਮੈਂ ਉਹਨਾਂ ਨੂੰ ਮਾਫ਼ੀ ਮੰਗ ਲਈ, ਔਰ ਅਬ ਤੋ ਸਭ ਜਾ ਰਹੇ ਗੁਰਦੁਆਰੋਂ ਜਗ੍ਹਾ ਤੇ ਸਰੋਪਾ ਲੈ ਰਹੇ ਹਾਂ। ਅੱਛਾ ਆਇਆ, ਸਮਝਦਾਰੀ ਆ ਗਈ। ਜਿਸ ਨੌਜਵਾਨ ਨੇ SYL ਗੀਤ ਗਾਇਆ ਸੀ ਉਹ ਸਾਡੇ ਵਿੱਚ ਨਹੀਂ, ਸਿੱਧੂ ਮੂਸੇ ਵਾਲਾ, ਸੁਣਿਆ ਕਦੇ ਉਹਨਾਂ ਦਾ ਨਾਂ? ਸੁਣਿਆ ਤੁਸੀਂ? ਮੈਂ ਨਾਂ ਸੁਣਾ, ਮੈਂ ਉਹਨਾਂ ਜਾਣੇ ਵੀ ਵਾਲਾ ਥਾ, ਫਿਰ ਪਤਾ ਚੱਲਿਆ ਯਹੀਂ ਆ ਰਹੇ ਉਸਕੇ ਪੇਰੈਂਟਸ, ਤੋ ਮੈਂ ਉਸਕੀ ਮਾਂ ਕੇ ਲੀਏ ਸਾੜੀ ਔਰ ਉਨਕੇ ਪਿਤਾ ਜੀ ਕੇ ਲੀਏ ਚਾਦਰ ਲੈ ਕੇ ਆਇਆ ਥਾ, ਜੋ ਦੂਸਰੋ ਕੋ ਦੇਣਾ ਪੜਾ, ਫਿਰ ਜਾਊਂਗਾ ਮੈਂ ਕਭੀ ਉਨਕੇ ਹੋ ਕੇ ਆਊਂਗਾ। ਵੋ ਬਹੁਤ ਸ਼ਾਨਦਾਰ ਥਾ, ਮੈਂ ਤੋ ਉਸਕਾ ਪਾਕਿਸਤਾਨ ਕੇ ਲੜਕੋਂ ਕੇ ਇੰਟਰਵਿਊ ਸੁਨੇ, ਉਹਨਾਂ ਕਾ ਹਮੇ ਇਸ ਲਈ ਪਸੰਦ ਹੈ ਕਿ ਗਾਓ ਕੀ ਬਾਤੇਂ ਕਹਿਤਾ ਹੈ, ਤੋ ਬਹੁਤ ਹੀ ਬਹੁਤ ਅੱਛਾ ਲੜਕਾ ਥਾ। ਅਰੁਣ ਨਹਿਰੂ ਜੀ ਦੀ ਤੁਸੀਂ ਗੱਲ ਕੀਤੀ ਸੀ ਕਿ ਅਰੁਣ ਨਹਿਰੂ ਮੇਰੇ ਦੋਸਤ ਸੀਗੇ, ਇੰਦਰਾ ਨੂੰ ਲੱਗਿਆ ਕਿ ਇਹ ਮੈਨੂੰ ਹੁਣ ਛੱਡਣਗੇ ਨਹੀਂ, ਤੁਹਾਡੇ ਨਾਲ ਕਦੇ ਗੱਲਬਾਤ ਹੋਈ ਇਸ ਬਾਬਤ, ਕੀ ਗੱਲ ਹੋਈ ਸੀ? ਇਹ ਹੋਈ, ਅਰੁਣ ਨਹਿਰੂ ਜੀ ਨੇ ਇਹ ਕਿਹਾ ਕਿ ਬਈ ਵੋ ਘਰ ਆ ਰਹੀ ਥੀ ਮਹਾਮ੍ਰਿਤਯੁੰਜੈ ਕਾ ਪਾਠ, ਤੋ ਉਹਨੇ ਮਿਸਿਸ ਗਾਂਧੀ ਕੋ ਕਿਹਾ ਕਿ ਬੁਆ ਆਪ ਤੋ ਇਹ ਸਭ ਨਹੀਂ ਮਾਨਤੀ ਥੀ, ਕਿਆ ਹੋ ਗਿਆ? ਤੋ ਉਹਨਾਂ ਨੇ ਕਿਹਾ ਕਿ ਨਹੀਂ ਤੁਮੇ ਪਤਾ ਨਹੀਂ ਹੈ, ਮੇਰੇ ਹੱਥ ਸੇ ਵੋ ਟੂਟ ਗਿਆ। ਅਕਾਲ ਤਖ਼ਤ ਤੋ ਇਨਕੇ ਹਰਿਮੰਦਰ ਸਾਹਿਬ ਕੋ ਜਿਸਨੇ ਵੀ ਛੇੜਾ ਹੈ ਆਜ ਤੱਕ ਇਤਿਹਾਸ ਮੇਂ, ਵੋ ਜ਼ਿੰਦਾ ਨਹੀਂ ਬਚਾ ਹੈ, ਤੇ ਇਹ ਮੁਝੇ ਮਾਰ ਦੇਂਗੇ। ਉਦੋਂ ਫੈਡਰਲ ਸਟਰਕਚਰ ਦੀ ਲੜਾਈ ਲੜ ਰਿਹਾ ਸੀ ਪੰਜਾਬ ਸੰਤ ਭਿੰਡਰਾਂ ਵਾਲੇ ਦੀ ਅਗਵਾਈ ਦੇ ਵਿੱਚ, ਸੰਤ ਭਿੰਡਰਾਂ ਵਾਲਿਆਂ ਨੂੰ ਕਿਵੇਂ ਦੇਖਦੇ ਹੋ ਤੁਸੀਂ, ਸੰਤਾਂ ਨੂੰ ਕਿਵੇਂ ਦੇਖਦੇ ਹੋ ਜਾਂ ਫੈਡਰਲ ਸਟਰਕਚਰ ਨੂੰ ਕਿਵੇਂ ਦੇਖਦੇ ਹੋ? ਫੈਡਰਲ ਸਟਰਕਚਰ ਕਾ ਸਵਾਲ ਨਹੀਂ ਹੈ, ਪੰਨਾ ਭਿੰਡਰਾਂ ਵਾਲੇ ਕਾ ਸਵਾਲ ਹੈ, ਵੋ ਤੋ ਜਬ ਕੋਈ ਮੌਕਾ ਐਸਾ ਆਏਗਾ ਤਬ ਮੈਂ ਉਸ 'ਤੇ ਰਾਏ ਰੱਖੂੰਗਾ ਵੀ ਬੋਲਣਾ ਮੇਰਾ ਠੀਕ ਨਹੀਂ ਹੈ। ਕਿਵੇਂ ਸਮਝਦੇ ਹੋ, ਕੀ ਲੱਗਦਾ ਕੀ ਹੈ ਤੁਹਾਨੂੰ, ਕਿਸ ਮਾਮਲੇ ਮੇਂ ਸੰਤਾਂ ਨੂੰ ਲੈ ਕੇ ਕੀ ਲੜਾਈ ਲੜ ਰਹੀ ਸੀ, ਉਹ ਠੀਕ ਸੀ ਜਾਂ ਇੰਦਰਾ ਠੀਕ ਸੀ? ਨਹੀਂ, ਇੰਦਰਾ ਆਪਣੀ ਜਗ੍ਹਾ ਠੀਕ ਥੀ, ਵੋ ਆਪਣੀ ਜਗ੍ਹਾ ਠੀਕ ਥੀ। ਇੰਦਰਾ ਕੋ ਯੇ ਡਰ ਥਾ ਕਿ ਪਾਕਿਸਤਾਨ ਇਸਕਾ ਬੈਨੀਫਿਟ ਨਾ ਉਠਾ ਲੇ, ਔਰ ਉਸਕੋ ਖਬਰ ਦੀ ਗਈ ਥੀ ਕਿ ਪਾਕਿਸਤਾਨ ਇਨਕੋ ਇੰਡੀਪੈਂਡੈਂਟ ਸਟੇਟ ਘੋਸ਼ਿਤ ਕਰ ਦੇਗਾ, ਯੇ ਥੋੜ੍ਹੀ ਨਾ ਸਮਝੀ ਕਰ ਰਹੇ ਥੇ, ਇਹਨਾਂ ਨੇ ਬਹੁਤ ਕਤਲੋ ਗਾਰਤ ਮਚਾ ਰੱਖਾ ਥਾ ਜਿਸਕੀ ਜ਼ਰੂਰਤ ਨਹੀਂ ਥੀ। ਕਿਸਾਨਾਂ ਦੇ ਹੱਕ 'ਚ ਤੁਸੀਂ ਬੋਲੇ, ਕਿੰਨਾ ਕੁ ਔਖਾ ਸੀ ਸੈਂਟਰ ਦੇ ਮੂਹਰੇ ਬੋਲਣਾ, ਕਿੰਨਾ ਕੁ ਔਖਾ ਸੀ, ਔਖਾ ਕਿੰਨਾ ਕੁ ਸੀਗਾ ਸੈਂਟਰ ਦੇ ਅੱਗੇ ਬੋਲਦਿਆਂ ਜਾਂ PM ਮੋਦੀ ਨਾਲ ਜਦੋਂ ਗੱਲਬਾਤ ਹੋਈ, ਬਹਿਸ ਹੋਈ, ਕੀ ਕਹਿੰਦੇ PM ਮੋਦੀ? PM ਮੋਦੀ ਨੇ ਕਿਹਾ ਚਲੇ ਜਾਏਗੇ,
मैं कहे ये जाय नहीं करते, तब जाएंगे जब आप चले जाओगे। जो लाल किले से केसरी निशान साहब चढ़िया, तुम देख रहे होंगे टीवी के उत्ते, देख रहा था। और मैंने किसान यूनियन के जो लोग थे हमारे यहाँ के, उनको डांटा, मगर तुम्हें इन लड़कों को सपोर्ट करना चाहिए, इन्होंने कोई क्राइम नहीं किया, इनका हक है निशान साहब फहराना। आखिरी सवाल है सर, पंजाब आए हैं, पंजाब के लोगों को क्या कहना चाहेंगे? पंजाब के लोगों को मैं ये कहना चाहता हूँ, पंजाब के लोग देश के सबसे शानदार लोग हैं। इन्होंने देश में जो अनाज की दिक्कत थी वो पहली दूर सबसे पहले इन्होंने दूर की, और आज भी सबसे ज़्यादा पूरे देश को खाना खिलाते हैं, फौज को लोग देते हैं, तो इनका किसी भी तरह से असम्मान नहीं होना चाहिए। थैंक यू सर, धन्यवाद। नमस्कार। इसी के मेघालय के गवर्नर सत्यपाल मलिक जी कह रहे हैं कि पंजाब के लोगों को मैं यही सुनेहा देना चाहना कि पंजाब के लोग जुझारू ने, देश को अन्न देंगे ने, देश को अनाज देंगे ने, तो पंजाब की बहादुरी की कोई रीस नहीं गी, तो किसान जूझ रहे, लड़ाई हले भी जारी है। कैमरामैन धर्म के नाल मैं सिमरनजीत सिंह, प्रो पंजाब टीवी जलंधर।